ਇਹ ਚੰਗੇ ਦਿਨਾਂ ਦੀ ਨਿਸ਼ਾਨੀ ਹੈ ਜੇ ਮਹਾਂਪੁਰਖਾਂ ਵੱਲ ਮੁੱਖ ਹੋਈਏ। ਜੇ ਮੁੱਖ ਮਹਾਂਪੁਰਖਾਂ ਵੱਲ ਹੋਈਏ ਚੰਗੇ ਭਾਗਾਂ ਦੀ ਨਿਸ਼ਾਨੀ, ਚੰਗੇ ਦਿਨਾਂ ਦੀ ਨਿਸ਼ਾਨੀ। ਇੱਕ ਮਾਈ ਤੇ ਉਹਦੀ ਸੀ ਧੀ, ਬਹੁਤੀ ਉਮਰ ਨਹੀਂ ਸੀ ਬਾਈ ਦੀ, ਪਤੀ ਦੀ ਹੋ ਗਈ ਮੌਤ। ਦੋਨੋਂ ਮਾਵਾਂ ਧੀਆਂ ਬਾਬਾ ਜੀ ਦੀ ਸ਼ਰਨ ਲੈਣੀ ਰੂਮੀ ਡੇਰੇ ਚ ਆਣ ਕੇ। ਮਨ ਨੂੰ ਬੜੀ ਠੇਸ ਪਹੁੰਚੀ ਵੀ ਬੱਚੀ ਦਾ ਬਣੇ ਕਾਕੀ, ਵੀ ਚਲੋ ਮੇਰਾ ਤਾਂ ਪਤੀ ਸਿਰ ਤੋਂ ਗਿਆ, ਕਿਵੇਂ ਨਾ ਕਿਵੇਂ ਟਾਈਮ ਪਾਸ ਹੋ ਜਾਏਗਾ, ਪਰ ਇਸ ਧੀ ਦਾ ਕੀ ਬਣੇਗਾ। ਬਾਬਾ ਜੀ ਦੀ ਸੇਵਾ ਕਰਨ ਲੱਗ ਗਈ, ਬੇਨਤੀ ਕੀਤੀ, ਮਹਾਰਾਜ ਬਹੁਤ ਪਰੇਸ਼ਾਨੀ ਹੈ, ਆ ਵਿਚਾਰੀ ਨਿਰਮਾਣੀ ਬੱਚੀ ਦਾ ਕੀ ਬਣੇਗਾ, ਇਹਦਾ ਪਿਤਾ ਸਿਰ ਤੋਂ ਚਲਾ ਗਿਆ ਹੈ। ਬਾਬਾ ਜੀ ਕਹਿੰਦੇ ਕੋਈ ਨੀ, ਅਸੀਂ ਹੈਗੇ ਹਾਂ। ਆਖੋ ਸ੍ਰੀ ਬਾਬਾ ਜੀ ਨੇ ਉਸ ਸਮੇਂ ਪਿਤਾ ਵਾਲੀ ਜ਼ਿੰਮੇਵਾਰੀ ਚੱਕ ਲਈ, ਤੇ ਬੀਬੀ ਦੇ ਉਦੋਂ ਹੀ ਚਿੱਤ ਵਿੱਚ ਆਇਆ, ਪਹਿਲੋਂ ਤਾਂ ਮਨ ਨੂੰ ਬੜਾ ਦੁੱਖ ਸੀ ਵੀ ਮੇਰਾ ਬਾਪ ਨੀ, ਮਾਂ ਵਿਚਾਰੀ ਦੇ ਪੱਲੇ ਨਹੀਂ ਕੁਝ, ਡੇਰੇ ਚ ਰੋਟੀ ਖਾ ਕੇ ਗੁਜ਼ਾਰਾ ਕਰਦੇ ਹਾਂ। ਪਰ ਜਦੋਂ ਬਾਬਾ ਜੀ ਨੇ ਕਿਹਾ ਕੋਈ ਨੀ ਅਸੀਂ ਹੈਗੇ ਹਾਂ, ਬਸ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰ ਕਪੂਖ ਕਹੋ ਕੈਸੀ। ਬੱਚੀ ਦਾ ਮਨ ਡਾਵਾ ਡੋਲ ਤੇ ਬੀਬੀ ਦਾ ਮਨ ਟਿਕਾਣੇ ਆ ਗਿਆ ਕਿ ਬਾਬਾ ਜੀ ਹੈਗੇ ਨੇ ਸਾਡੇ ਮਾਂ ਪਿਓ ਪਿਤਾ, ਚਲੋ ਕਿਰਪਾ ਕਰਨ ਸੇਵਾ ਕਰਦੀਆਂ ਰਹੀਆਂ। ਤੇ ਬਾਬਾ ਜੀ ਨੇ ਕਿਹਾ ਵੀ ਬੀਬਾ ਜੋ ਕਾਰਜ ਕਰਨਾ ਆਗਿਆ ਲੈ ਕੇ ਕਰਨਾ। ਉਹ ਕੁਦਰਤੀ ਲੜਕੀ ਦੀ ਗੱਲਬਾਤ ਚੱਲੀ, ਮੁੰਡਾ ਆ ਗਿਆ ਪਸੰਦ, ਮਾਈ ਨੇ ਗੱਲ ਵਿਆਹ ਦੀ ਸਾਰੀ ਪੱਕੀ ਕਰ ਲਈ, ਰਿਸ਼ਤੇ ਦੀ ਪਕਿਆਈ ਕਰ ਲਈ, ਪੱਕਾ ਕਰ ਲਿਆ ਰਿਸ਼ਤਾ। ਬਾਅਦ ਵਿੱਚ ਬਾਬਾ ਜੀ ਨੂੰ ਦੱਸਿਆ ਜੀ ਲੜਕੀ ਦਾ ਵਿਆਹ ਕਰਨਾ ਹੈ। ਬਾਬਾ ਜੀ ਕਹਿੰਦੇ ਇੱਕ ਪਾਸੇ ਤੁਸੀਂ ਸਾਨੂੰ ਪਿਓ ਬਣਾਇਆ ਤੇ ਦੂਜੇ ਪਾਸੇ ਤੁਸੀਂ ਆਗਿਆ ਵੀ ਨਹੀਂ ਲਈ, ਦੱਸਿਆ ਵੀ ਨਹੀਂ। ਸਾਨੂੰ ਦੱਸਣਾ ਸੀ ਜਦੋਂ ਰਿਸ਼ਤਾ ਕੀਤਾ ਹੈ, ਬਹੁਤ ਗਲਤੀ ਕਰ ਲਈ ਤੁਸੀਂ। ਬੀਬੀ ਪਛਤਾਉਣ ਲੱਗੀ, ਬਾਬਾ ਜੀ ਅੱਗੇ ਮੈਂ ਕਰਮਾਂ ਦੀ ਫੜੀ ਹੋਈ ਇੱਥੇ ਆਈ ਆ, ਹੁਣ ਜੇ ਧੀ ਨਾਲ ਵੀ ਐਸਾ ਵਾਪਰਿਆ ਸੀ ਜਾਵਾਂਗੀਆਂ ਕਿੱਥੇ। ਗੁਰੂ ਦਿਨ ਜਦੋਂ ਕੋਈ ਐਸੇ ਆਉਣੇ ਹੋਣ। ਇੱਕ ਬੀਬੀ ਸੀ ਆਪਣੇ, ਉਹ ਗੁਰਮੁਖ ਪਿਆਰੇ ਸੰਗੀ ਨੇ, ਉਹਨਾਂ ਦੀ ਭੈਣ ਇੱਥੇ ਵਿਆਹੀ ਸੀ, ਮੇਰੇ ਖਿਆਲ ਮਿੱਠੇ ਪਿੰਡ। ਉਹ ਸਾਰੇ ਪਰਿਵਾਰ ਨੂੰ ਉਸ ਸਮੇਂ ਅੱਤਵਾਦੀ ਕਹਿ ਲਓ, ਖਾੜਕੂ ਕਹਿ ਲਓ, ਮਾਰਤਾ ਸੀ। ਇਕੱਲੀ ਬੀਬੀ ਬਚੀ, ਉਹਦੇ ਪਤੀ ਨੂੰ ਮਾਰਤਾ, ਇਕੱਲੀ ਬੀਬੀ ਬਚੀ। ਹੁਣ ਬੀਬੀ ਉਧਰੋਂ ਪੇਕੇ ਘਰ ਪਹੁੰਚ ਗਈ, ਇੱਧਰ ਜਿੱਧਰ ਧੀ ਵਿਆਹੀ ਸੀ ਮਹਿਮੇ ਪਿੰਡ 'ਚ, ਉਹ ਪਤੀ ਸ਼ਰਾਬੜ ਸੀ, ਸ਼ਰਾਬ ਪੀਂਦਾ ਸੀ, ਬੱਚਾ ਕੋਈ ਹੋਇਆ ਨਾ, ਇੱਧਰੋਂ ਧੀ ਰੰਡੀ ਹੋ ਗਈ, ਉਧਰੋਂ ਮਾਂ ਉਧਰੋਂ ਧੀ, ਦੋਵੇਂ ਪਹੁੰਚ ਗਈਆਂ ਆਪਣੇ ਮਾਂ ਪਿਓ ਦੇ, ਭਰਾਵਾਂ ਦੇ ਕੋਲ, ਬਾਪ ਦੇ ਘਰ 'ਚ।
ਉਧਰੋਂ ਮਾਂ ਦਿਆ ਸਾਰਾ ਘਰ ਖਤਮ ਹੋ ਗਿਆ, ਉਧਰੋਂ ਧੀ ਦਾ। ਇੰਨੀ ਪਰਮੇਸ਼ਰ ਦੀ ਕਰੋਪੀ ਆਈ। ਪਰ ਬੀਬੀ ਬਹੁਤ ਸਿਦਕ ਵਾਲੀ, ਨਾਮ ਜਪਣ ਵਾਲੀ ਸੀ। ਦੋਨੋਂ ਹੀ ਬੀਬੀਆਂ ਸੰਗਤ ਕਰਦੀਆਂ ਸੀ। ਅਸੀਂ ਉਹਨਾਂ ਦੇ ਘਰੇ ਵੀ ਗਏ ਸੀ, ਮਹਿਮੇ ਪਿੰਡ 'ਚ ਵੀ ਗਏ ਸੀ। ਦੋਨੋਂ ਹੀ ਗੁਰੂ ਤੇ ਭਰੋਸਾ ਰੱਖਣ ਵਾਲੀਆਂ ਦੇ ਘਰ ਦੋਨਾਂ ਦੀ ਖਤਮ ਹੋ ਗਏ। ਮਾਂ ਧੀ ਦਾ ਉਹਦੀ ਮਾਂ ਦੇ ਘਰ, ਮਾਂ ਤੇ ਧੀ ਦੋਨੋਂ ਹੀ ਭਰਾਵਾਂ ਕੋਲ। ਪਰ ਗੁਰੂ ਨੇ ਕਿਰਪਾ ਐਸੀ ਕੀਤੀ, ਭਰਾ ਨੇ ਆਪਣਾ ਜਿਹੜਾ ਪੁੱਤਰ ਸੀ ਦਲੇਰ ਸਿੰਘ ਸਰਪੰਚ, ਉਹਨੇ ਉਹਨੂੰ ਦੇਤਾ ਵੀ ਇਹ ਤੇਰਾ ਪੁੱਤਰ। ਹੁਣ ਪਹਿਲੇ ਤੇਰੇ ਪੁੱਤਰ ਤੇ ਪਤੀ ਸਾਰੇ ਮਾਰਤੇ ਆ, ਘਰ ਤੇਰਾ, ਜ਼ਮੀਨ ਜਾਇਦਾਦ ਕੁਝ ਚਾਚਿਆਂ ਤਾਇਆਂ ਨੇ ਰੋਕ ਲਈ, ਇਹ ਤੇਰਾ ਪੁੱਤਰ। ਉਧਰ ਉਸ ਬੀਬੀ ਨੂੰ ਇੱਧਰ ਮਾਝੇ ਦੇ ਵਿੱਚ ਬਹੁਤ ਇੱਕ ਘਰ ਜਿਹੜਾ ਛੜ ਛੜਈਆ ਜਾਂ ਕੁਝ ਵੀ ਹੋਇਆ ਸੀ ਜਾਂ ਮੌਤ ਹੋਈ ਸੀ, ਉਹ ਬੜਾ ਸਰਪੰਚ ਸੀ ਪਿੰਡ ਦਾ, ਘਰ ਬਹੁਤ ਤਗੜਾ। ਬੀਬੀ ਨੂੰ ਪਹਿਲੋਂ ਨਾਲੋਂ ਘਰ ਵਧੀਆ ਮਿਲ ਗਿਆ, ਮਾਂ ਨੂੰ ਪਹਿਲੋਂ ਨਾਲੋਂ ਪੁੱਤ ਵਧੀਆ ਮਿਲ ਗਿਆ। ਪਰਮੇਸ਼ਰ ਉਜੜੇ ਵਸਾ ਦਿੰਦਾ ਜੇ ਜਪਦੇ ਹੋਈਏ, ਜੁੜੇ ਹੋਈਏ, ਤੇ ਜੇ ਨਾ ਜਪਦੇ ਹੋਈਏ, ਜੁੜੇ ਹੋਈਏ ਸਾਧੂ ਸੰਗਤ ਨਾਲ, ਤੇ ਫਿਰ ਬੰਦਾ ਰੁੜ ਜਾਂਦਾ ਹੈ, ਰੁੜ ਜਾਂਦਾ ਹੈ, ਬਰਬਾਦੀ ਦੇ ਰਾਹ ਪੈ ਜਾਂਦਾ ਹੈ। ਫਿਰ ਕੋਈ ਪੁਕਾਰ ਨਹੀਂ ਸੁਣਦਾ, ਕਰਦੇ ਹਾਏ ਹਾਏ। ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥੇ ਧਰਮ ਰਾਏ। ਜਿਹੜੇ ਲੋਕ ਪਾਪੀ ਕਰਮ ਕਮਾਉਂਦੇ ਆ ਨਾ, ਫਿਰ ਤਾਂ ਉਹ ਹਾਏ ਹਾਏ ਕਰਦੇ ਆ, ਕੋਈ ਗੁਰੂ ਪੀਰ ਹੈ ਹੀ ਨਹੀਂ ਕਿਹਦੇ ਕੋਲ ਜਾਣ। ਮਾਵਾਂ ਧੀਆਂ ਬਾਬਾ ਜੀ ਕਹਿੰਦੇ ਬੀਬੀ ਰਿਸ਼ਤਾ ਉੱਥੇ ਕਰਨਾ ਨਹੀਂ ਸੀ। ਬਾਬਾ ਜੀ ਹੁਣ ਤਾਂ ਮੈਂ ਕਰ ਲਿਆ, ਮੇਰੀ ਲਾਜ ਰੱਖੋ। ਕਹਿੰਦੇ ਠੀਕ। ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਬੱਚੀ ਦੇ ਜਿਹੜੇ ਕਰਮ ਸੀ ਉਹ ਮਾੜੇ ਅੱਗੇ ਆਏ। ਸੱਸ ਰੋਜ਼ ਹੀ ਤੂਮਤਾ ਲਾ ਦੀ, ਇਹਨੇ ਆਹ ਚੱਕ ਲਿਆ, ਇਹਨੇ ਆਹ ਘਰ ਭੇਜਤਾ, ਇਹਨੇ ਇਹ ਇਹੋ ਜਿਹੀ ਇਹ ਆਹ ਕਹਿੰਦੀ ਹੈ। ਤੇ ਪਤੀ ਜਿਹੜਾ ਸੀ ਉਹ ਸ਼ਰਾਬ ਪੀਣ ਲੱਗ ਪਿਆ, ਰੋਜ਼ ਸ਼ਰਾਬ ਪੀ ਕੇ ਕੁੱਟ ਮਾਰ ਕਰੇ, ਮਾਰ ਸਹੀ ਜਾਏ ਕਿ ਬਾਬਾ ਜੀ ਨੇ ਭੇਜਿਆ ਸੀ, ਜਾ ਬੇਟਾ ਤੇਰੀ ਲਾਜ ਪੈਜ ਕਰਤਾਰ ਰੱਖੇਗਾ। ਆਖੋ ਗੁਰੂ ਨੂੰ ਚੇਤੇ ਰੱਖੀ, ਬਾਣੀ ਪੜ੍ਹਦੀ ਰਹੀ, ਜੋ ਕੁਝ ਸਿਰ ਤੇ ਪਿਆ ਸਹਿਣ ਕਰ ਲਈ। ਕਰਤਾਰ ਰੱਖੇਗਾ, ਪਰਮੇਸ਼ਰ ਰੱਖੇਗਾ, ਬਹੁਤ ਕੁਝ ਸਹਿਣ ਕੀਤਾ। ਤੂੰ ਤਾਂ ਰੋਜ਼ ਦੇ ਝਗੜੇ, ਪਤੀ ਦੀ ਕੁੱਟਮਾਰ, ਸ਼ਰਾਬੜ, ਵਿਚਾਰੀ ਨਿਮਾਣੀ ਹੋ ਕੇ ਸਹਿਣ ਕਰੀ ਜਾਏ, ਬਚਨ ਮੰਡੀ ਜਾਏ। ਇੱਕ ਦਿਨ ਬੜਾ ਪਤੀ ਕਲਪਿਆ ਵੀ ਸੱਚ ਦੱਸ, ਕਰਦੀ ਮਾਂ ਸੀ ਲਾ ਦਿੰਦੀ ਇਹਦੇ ਸਿਰ ਸੀ, ਸੱਚ ਦੱਸ ਆ ਚੀਜ਼ ਗਾਇਬ ਹੋਈ ਕਿੱਥੇ ਗਈ। ਕਹਿੰਦੀ ਮੈਨੂੰ ਨਹੀਂ ਪਤਾ ਕੋਈ, ਕਿਵੇਂ ਨਹੀਂ ਪਤਾ। ਕਹਿੰਦਾ ਮੈਂ ਅੱਜ ਤੈਨੂੰ ਤੱਤੇ ਸਰੀਏ ਲਾਲ ਆ ਕੇ ਪੁੱਛਣਾ, ਰਾਤ ਮੈਂ ਚਲਾ ਗਿਆ ਸ਼ਰਾਬ ਪੀ ਕੇ। ਅੱਜ ਇਹਦਾ ਇੱਕ ਪਾਸਾ ਕਰ ਹੀ ਲੈਣਾ, ਉਧਰ ਅੱਗ ਦੇ ਵਿੱਚ ਸਰੀਏ ਪਾ ਕੇ ਰੱਖ ਦੇ, ਵੀ ਇਹਨੂੰ ਗਰਮ ਸਰੀਏ ਲਾਲ ਆ ਕੇ ਸਾੜ ਸਾੜ ਕੇ ਪੁੱਛਣਾ ਹੈ ਵੀ ਦੱਸ ਆ ਸਾਰਾ ਕੁਝ।
ਜਿੰਨੀਆਂ ਸੱਸ ਨੇ ਤੁਹਮਤਾਂ ਲਾਈਆਂ ਸੀ ਉਹ ਮੁੰਡੇ ਦੇ ਅੰਦਰ ਵਸੀਆਂ ਸੀ। ਇੱਧਰ ਬਾਬਾ ਜੀ ਕਹਿਣ ਲੱਗੇ ਉਹ ਕੇਸਰ ਸਿਆਂ ਬੜਾ ਅਨਿਆਇ ਹੋਣ ਲੱਗਾ ਹੈ, ਮਹਾਰਾਜ ਹੁਕਮ ਕਰੋ। ਕਹਿੰਦੇ ਉਹ ਵਿਚਾਰੀ ਕੰਨਿਆ ਅੱਜ ਬਿਪਤਾ ਚ ਫਸ ਗਈ ਏ, ਪਤੀ ਉਹਦਾ ਕੁੰਡਾ ਲਾ ਕੇ ਬੰਦ ਕਰਕੇ ਸ਼ਰਾਬ ਪੀਣ ਗਿਆ ਏ ਤੇ ਸਰੀਏ ਅੱਗ ਚ ਪਾ ਗਿਆ ਏ, ਆਣ ਕੇ ਉਹਨੂੰ ਸਰੀਆਂ ਦੇ ਨਾਲ ਸਾੜਨਾ ਤੇ ਬੜਾ ਅਪਰਾਧ ਹੋ ਜਾਏਗਾ ਕੰਨਿਆ ਆਪਣੀ, ਤੇ ਉਹਨੂੰ ਬਚਾਉਣਾ ਏ ਕੁੰਡਾ ਖੋਲ। ਸੇਵਕ ਵੀ ਸਮਰੱਥਾ ਵਾਲਾ ਸੀ, ਕੇਸਰ ਸਿੰਘ ਕਹਿੰਦਾ ਮਹਾਰਾਜ ਜੀ ਸੱਤ ਵਜਣ ਮੈਂ ਖੋਲ ਆਉਣਾ ਕੁੰਡਾ, ਮੰਜੇ ਦੇ ਰਜਾਈ ਦੀ ਢੋਲ ਆ ਕੇ ਥੋੜਾ ਜਿਹਾ ਟੇਢਾ ਹੋ ਗਿਆ, ਪੰਜ ਸੱਤ ਮਿੰਟ ਪਿਆ ਏ ਤੇ ਆਣ ਕੇ ਕਹਿੰਦਾ ਮਹਾਰਾਜ ਕੁੰਡਾ ਖੋਲ ਆਇਆ ਤੇ ਕੰਨਿਆ ਆਪ ਜੀ ਵੱਲ ਨੂੰ ਤੁਰ ਪਈ। ਹੁਣ ਉਧਰ ਅੰਦਰ ਬੰਦ ਕੁੰਡਾ ਲਾਇਆ, ਬਾਹਰੋਂ ਤੇ ਉਹ ਸ਼ਰਾਬ ਪੀਣ ਗਿਆ, ਸਰੀਏ ਅੱਗ ਚ ਪਾ ਗਿਆ। ਇਧਰ ਕੇਸਰ ਸਿੰਘ ਨੇ ਕੁੰਡਾ ਖੋਲਿਆ ਸ਼ਕਤੀ ਨਾਲ, ਇੱਥੇ ਤਾਂ ਢੋਲ ਆਈ, ਉਧਰ ਕੁੰਡੇ ਖੋਲਤੇ। ਇਉਂ ਮਹਾਂਪੁਰਖ ਸਵਾਰਦੇ ਆ, ਦੁੱਖਾਂ ਚੋਂ ਬਚਾਉਂਦੇ ਆ। ਉਹਨੂੰ ਲੱਗਿਆ ਕਿ ਸ਼ਾਇਦ ਮੈਂ ਦਰਵਾਜ਼ਾ ਖੜਕਾਇਆ ਤੇ ਹਿਲੁਣ ਕੇ ਕੁੰਡਾ ਖੁੱਲ ਗਿਆ, ਖੋਲਣ ਵਾਲੇ ਤਾਂ ਬਾਬਾ ਜੀ ਸੀ। ਇਹ ਕੁਦਰਤੀ ਚਾਣ ਚੱਕ ਐਸੇ ਕੰਮ ਬਣ ਜਾਂਦੇ। ਆਪਾਂ ਕਹਿੰਦੇ ਅਸੀਂ ਬਚ ਗਏ, ਪਰ ਪਤਾ ਨਹੀਂ ਉਦੋਂ ਬਚਾਉਣ ਵਾਲਾ ਕਿਹੜਾ ਸੀ। ਉਹਨਾਂ ਨੂੰ ਹੁੰਦੀ ਹੈ ਜਿਹੜੇ ਜਿਹਨਾਂ ਦੇ ਅਸੀਂ ਬਣੇ ਹੋਈਏ, ਜਿਹਨਾਂ ਦੇ ਹੋ ਕੇ ਰਹੀਏ, ਫਿਰ ਉਹਨਾਂ ਨੂੰ ਫਿਕਰ ਹੈ ਜਿੰਦਾ ਦਰ